ਜੇਕਰ ਤੁਸੀਂ ਵੀ ਘਰ ਦੇ ਵਿੱਚ ਇਕੱਲੇ ਰਹਿੰਦੇ ਹੋ ਤਾਂ ਜ਼ਰਾ ਸੰਭਲ ਕੇ, ਕਿਉਂਕਿ ਲੁਟੇਰੇ ਮੌਕੇ ਦੀ ਤਲਾਸ਼ ਦੇ ਵਿੱਚ ਨੇ। ਹੁਣ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਇਹਨਾਂ ਦੇ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ। ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ, ਦੋ ਜਾਣੇ ਜਿਨ੍ਹਾਂ ਦੇ ਵਿੱਚ ਇੱਕ ਬਜ਼ੁਰਗ ਹੈ ਔਰ ਇੱਕ ਲੁਟੇਰਾ ਦਿਨ ਦਿਹਾੜੇ ਘਰ ਦੇ ਵਿੱਚ ਦਾਖਲ ਹੋਇਆ। ਛੁਰਾ ਦਿਖਾ ਕੇ ਇਸਨੇ ਇੱਥੋਂ 30,000 ਰੁਪਏ ਲੁੱਟ ਲਏ। ਦੱਸਦੀਏ ਕਿ ਇਸ ਬਜ਼ੁਰਗ ਨੇ ਵਿਆਹ ਨਹੀਂ ਕਰਵਾਇਆ, ਘਰ ਦੇ ਵਿੱਚ ਇਕੱਲਾ ਰਹਿੰਦਾ ਹੈ, ਭਤੀਜੇ ਇਸਦੇ ਵਿਦੇਸ਼ ਦੇ ਵਿੱਚ ਨੇ, ਤਾਂ ਮੌਕੇ ਦੀ ਤਲਾਸ਼ ਦੇ ਵਿੱਚ ਖੜਾ ਲੁਟੇਰਾ ਦਰਵਾਜ਼ਾ ਖੋਲ੍ਹ ਕੇ ਅੰਦਰ ਵੜਿਆ ਤਾਂ ਬਜ਼ੁਰਗ ਨੂੰ ਬੰਧਕ ਬਣਾ ਲਿਆ, ਫਿਰ ਇਸ ਤੋਂ ਲੁੱਟ ਖੋਹ ਕੀਤੀ। ਧੱਕਾ ਮੁੱਕੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਵੇਂ ਇਸ ਬਜ਼ੁਰਗ ਨੂੰ ਬੰਧਕ ਬਣਾ ਕੇ ਕਾਫੀ ਸਮਾਂ ਇੱਥੇ ਫਰੋਲਾ ਫਰਾਲੀ ਕੀਤੀ ਗਈ, 30,000 ਰੁਪਏ ਲੁਟੇਰਾ ਇੱਥੋਂ ਲੈ ਕੇ ਫਰਾਰ ਹੋ ਗਿਆ। ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਅਧੀਨ ਪੈਂਦੇ ਪਿੰਡ ਵੜੈਚ ਦਾ ਇਹ ਪੂਰਾ ਮਾਮਲਾ ਹੈ। ਬਜ਼ੁਰਗ ਕਿਸਾਨ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਸੀ, ਤਾਂ ਦੱਸ ਦਈਏ ਕਿ ਇਸਨੇ ਦਰਵਾਜ਼ਾ ਖੜਕਾਇਆ, ਬਜ਼ੁਰਗ ਨਹਾ ਰਿਹਾ ਸੀ ਤਾਂ ਉਸਨੇ ਉਡੀਕ ਕਰਨ ਦੇ ਲਈ ਕਿਹਾ। ਜੋ ਹੀ ਬਜ਼ੁਰਗ ਨੇ ਦਰਵਾਜ਼ਾ ਖੋਲ੍ਹਿਆ, ਇਹ ਲੁਟੇਰਾ ਅੰਦਰ ਵੜਿਆ ਅਤੇ ਇੱਕਦਮ ਇਸਨੇ ਛੁਰਾ ਤਾਣ ਲਿਆ, ਫਿਰ ਗੇਟ ਲਗਾ ਦਿੱਤਾ। ਤਾਂ ਅੱਗੇ ਕੀ ਹੋਇਆ ਉਹ ਤੁਹਾਡੀ ਸਕਰੀਨ 'ਤੇ ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਜਦੋਂ ਬਜ਼ੁਰਗ ਨੇ ਵਿਰੋਧ ਕੀਤਾ ਤਾਂ ਉਸਦੇ ਨਾਲ ਧੱਕਾ ਮੁੱਕੀ ਵੀ ਇਸ ਲੁਟੇਰੇ ਦੇ ਵੱਲੋਂ ਕੀਤੀ ਗਈ। ਬਜ਼ੁਰਗ ਕਿਸਾਨ ਨੇ ਖਿੜਕੀ ਦੇ ਰਾਹੀਂ ਦੇਖਿਆ ਤਾਂ ਉਸਨੂੰ ਪਤਾ ਲੱਗਾ ਕਿ ਇਹ ਲੁਟੇਰਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ ਸੀ। ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਪੀੜਤ ਬਜ਼ੁਰਗ ਕਿਸਾਨ ਨੇ ਇਸ ਸੰਬੰਧੀ ਥਾਣਾ ਦਾਖਾ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ। ਜੇਕਰ ਤੁਸੀਂ ਵੀ ਘਰ ਦੇ ਵਿੱਚ ਇਕੱਲੇ ਰਹਿੰਦੇ ਹੋ ਤਾਂ ਜ਼ਰਾ ਸੰਭਲ ਕੇ, ਕਿਉਂਕਿ ਲੁਟੇਰੇ ਮੌਕੇ ਦੀ ਤਲਾਸ਼ ਦੇ ਵਿੱਚ ਨੇ। ਹੁਣ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਇਹਨਾਂ ਦੇ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ। ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ, ਦੋ ਜਾਣੇ ਜਿਨ੍ਹਾਂ ਦੇ ਵਿੱਚ ਇੱਕ ਬਜ਼ੁਰਗ ਹੈ ਔਰ ਇੱਕ ਲੁਟੇਰਾ ਦਿਨ ਦਿਹਾੜੇ ਘਰ ਦੇ ਵਿੱਚ ਦਾਖਲ ਹੋਇਆ। ਛੁਰਾ ਦਿਖਾ ਕੇ ਇਸਨੇ ਇੱਥੋਂ 30,000 ਰੁਪਏ ਲੁੱਟ ਲਏ। ਦੱਸਦੀਏ ਕਿ ਇਸ ਬਜ਼ੁਰਗ ਨੇ ਵਿਆਹ ਨਹੀਂ ਕਰਵਾਇਆ, ਘਰ ਦੇ ਵਿੱਚ ਇਕੱਲਾ ਰਹਿੰਦਾ ਹੈ, ਭਤੀਜੇ ਇਸਦੇ ਵਿਦੇਸ਼ ਦੇ ਵਿੱਚ ਨੇ, ਤਾਂ ਮੌਕੇ ਦੀ ਤਲਾਸ਼ ਦੇ ਵਿੱਚ ਖੜਾ ਲੁਟੇਰਾ ਦਰਵਾਜ਼ਾ ਖੋਲ੍ਹ ਕੇ ਅੰਦਰ ਵੜਿਆ ਤਾਂ ਬਜ਼ੁਰਗ ਨੂੰ ਬੰਧਕ ਬਣਾ ਲਿਆ, ਫਿਰ ਇਸ ਤੋਂ ਲੁੱਟ ਖੋਹ ਕੀਤੀ। ਧੱਕਾ ਮੁੱਕੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਵੇਂ ਇਸ ਬਜ਼ੁਰਗ ਨੂੰ ਬੰਧਕ ਬਣਾ ਕੇ ਕਾਫੀ ਸਮਾਂ ਇੱਥੇ ਫਰੋਲਾ ਫਰਾਲੀ ਕੀਤੀ ਗਈ। 30,000 ਰੁਪਏ ਲੁਟੇਰਾ ਇੱਥੋਂ ਲੈ ਕੇ ਫਰਾਰ ਹੋ ਗਿਆ। ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਅਧੀਨ ਪੈਂਦੇ ਪਿੰਡ ਵੜੈਚ ਦਾ ਇਹ ਪੂਰਾ ਮਾਮਲਾ ਹੈ। ਬਜ਼ੁਰਗ ਕਿਸਾਨ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਸੀ। ਤਾਂ ਦੱਸ ਦਈਏ ਕਿ ਇਸਨੇ ਦਰਵਾਜ਼ਾ ਖੜਕਾਇਆ, ਬਜ਼ੁਰਗ ਨਹਾ ਰਿਹਾ ਸੀ ਤਾਂ ਉਸਨੇ ਉਡੀਕ ਕਰਨ ਦੇ ਲਈ ਕਿਹਾ। ਜੋ ਹੀ ਬਜ਼ੁਰਗ ਨੇ ਦਰਵਾਜ਼ਾ ਖੋਲ੍ਹਿਆ, ਇਹ ਲੁਟੇਰਾ ਅੰਦਰ ਵੜਿਆ ਅਤੇ ਇੱਕਦਮ ਇਸਨੇ ਛੁਰਾ ਤਾਣ ਲਿਆ, ਫਿਰ ਗੇਟ ਲਗਾ ਦਿੱਤਾ। ਤਾਂ ਅੱਗੇ ਕੀ ਹੋਇਆ ਉਹ ਤੁਹਾਡੀ ਸਕਰੀਨ 'ਤੇ ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਜਦੋਂ ਬਜ਼ੁਰਗ ਨੇ ਵਿਰੋਧ ਕੀਤਾ ਤਾਂ ਉਸਦੇ ਨਾਲ ਧੱਕਾ ਮੁੱਕੀ ਵੀ ਇਸ ਲੁਟੇਰੇ ਦੇ ਵੱਲੋਂ ਕੀਤੀ ਗਈ। ਬਜ਼ੁਰਗ ਕਿਸਾਨ ਨੇ ਖਿੜਕੀ ਦੇ ਰਾਹੀਂ ਦੇਖਿਆ ਤਾਂ ਉਸਨੂੰ ਪਤਾ ਲੱਗਾ ਕਿ ਇਹ ਲੁਟੇਰਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ ਸੀ। ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਪੀੜਤ ਬਜ਼ੁਰਗ ਕਿਸਾਨ ਨੇ ਇਸ ਸੰਬੰਧੀ ਥਾਣਾ ਦਾਖਾ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ।